ਜਲੰਧਰ ਦਾ ਤੋਸੀ ਬੰਨ ਟੁੱਟਣ ਦੇ ਨਾਲ ਸਤਲੁਜ ਦਾ ਕਹਿਰ ਕਈ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਕਈ ਪਿੰਡ ਜੋ ਨੇ ਪਾਣੀ ਦੀ ਮਾਰ ਹੇਠ ਆਏ ਨੇ, ਜਿੱਥੇ ਕਈ ਕਈ ਫੁੱਟ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਜਾ ਚੁੱਕਿਆ। ਲੋਕਾਂ ਨੂੰ ਰੈਸਕਿਊ ਕੀਤਾ ਗਿਆ। 50 ਦੇ ਕਰੀਬ ਪਿੰਡ ਜੋ ਨੇ ਕੱਲ੍ਹ ਹੀ ਖਾਲੀ ਕਰਵਾ ਲਏ ਗਏ ਸੀ। ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ। ਮੌਕੇ ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੰਸੀਚੇਵਾਲ ਜਿਹੜੇ ਨੇ ਮੌਜੂਦ ਨੇ, ਉਹਨਾਂ ਦੀ ਟੀਮ ਦੇ ਵੱਲੋਂ ਤੁਸੀਂ ਬੰਨ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਲਗਾਤਾਰ ਸਾਰੀ ਰਾਤ ਜਿਹੜਾ ਹੈ ਰੈਸਕਿਊ ਆਪਰੇਸ਼ਨ ਚੱਲਦਾ ਰਿਹਾ ਤੇ ਉੱਥੇ ਤੁਸੀਂ ਬੰਨ ਨੂੰ ਪੂਰਨ ਦੇ ਲਈ ਕੰਮ ਜਿਹੜਾ ਹੈ ਕੀਤਾ ਜਾ ਰਿਹਾ। ਉੱਥੇ ਦੱਸਦੇ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ। ਲਗਾਤਾਰ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ। ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਕਈ ਲੋਕ ਜਿਹੜੇ ਨੇ ਇਸ ਪਾਣੀ ਦੀ ਮਾਰ ਹੇਠ ਆਏ ਨੇ, ਕਈ ਲੋਕ ਜਿਹੜੇ ਨੇ ਇਸ ਤੋਂ ਪਰੇਸ਼ਾਨ ਨੇ। ਉੱਥੇ ਦੱਸਦੇ ਕਿ ਬੀਤੇ ਕੱਲ੍ਹ ਇੱਕ ਨੌਜਵਾਨ ਸ਼ਾਹਕੋਟ ਦੇ ਵਿੱਚ, ਪਿੰਡ ਮੰਡਾਲਾ ਦਾ ਰਹਿਣ ਵਾਲਾ ਨੌਜਵਾਨ ਸ਼ਾਹਕੋਟ ਇਲਾਕੇ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਗਿਆ ਸੀ। ਜਿਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਈ। ਅਸਲੇ ਕੀ ਪੂਰਾ ਇੱਕ ਦਿਨ ਬੀਤ ਚੁੱਕਿਆ ਜਿਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ, ਪਰ ਹਾਲੇ ਤੱਕ ਨੌਜਵਾਨ ਦੇ ਬਾਰੇ ਕੋਈ ਵੀ ਖਬਰ ਸਾਹਮਣੇ ਨਹੀਂ ਆ ਪਾਈ ਹੈ। ਦੱਸੇ ਕਿ ਬੀਤੇ ਕੱਲ੍ਹ ਨੌਜਵਾਨ ਜਿਹੜਾ ਹੈ ਬਾਈਕ ਦੇ ਨਾਲ ਪਾਣੀ ਦੇ ਵਿੱਚ ਰੁੜਿਆ ਸੀ। ਬਾਈਕ ਉਸਦੀ ਮਿਲ ਜਾਂਦੀ ਹੈ, ਪਰ ਨੌਜਵਾਨ ਦੇ ਬਾਰੇ ਪੂਰਾ ਦਿਨ ਬੀਤ ਜਾਣ ਤੇ ਬਾਅਦ ਵੀ ਹਾਲੇ ਤੱਕ ਕੋਈ ਖਬਰ ਸਾਹਮਣੇ ਨਹੀਂ ਆ ਪਾਈ ਹੈ। ਉੱਥੇ ਦੱਸੇ ਕਿ ਦੱਸਿਆ ਜਾ ਰਿਹਾ ਫਿਲਹਾਲ ਸਤਲੁਜ ਦਾ ਪਿੱਛੋਂ ਦੀ ਉਪਾਨ ਜਿਹੜਾ ਹੈ ਥੋੜਾ ਘਟਿਆ, ਥੋੜਾ ਜਲਸਤਰ ਘਟਿਆ। ਪਰ ਜਿਵੇਂ ਦੱਸਿਆ ਜਾ ਰਿਹਾ ਕਿ ਪਹਾੜਾਂ ਦੇ ਵਿੱਚ ਜੇਕਰ ਲਗਾਤਾਰ ਏਦਾਂ ਹੀ ਪਾਣੀ ਮੀਂਹ ਪੈਂਦਾ ਰਿਹਾ ਤਾਂ ਇਸ ਕਾਰਨ ਪਾਖੜਾ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਪਾਖੜਾ ਨਹਿਰ ਤੋਂ 35,000 ਕਿਊਸਿਕ ਪਾਣੀ ਜਿਹੜਾ ਹੈ ਹੋਰ ਛੱਡਿਆ ਜਾ ਸਕਦਾ, ਜਿਸ ਦੇ ਨਾਲ ਕਈ ਲੋਕ ਹੋਰ ਪਰੇਸ਼ਾਨ ਹੋ ਸਕਦੇ ਨੇ, ਕਈ ਪਿੰਡ ਹੋਰ ਜਿਹੜੇ ਨੇ ਪਾਣੀ ਦੀ ਮਾਰ ਹੇਠ ਆ ਸਕਦੇ ਨੇ। ਉੱਥੇ ਦੱਸੀ ਕਿ ਇਹ ਤਸਵੀਰ ਜਿਹੜੀ ਹੈ ਸ਼ਾਹਕੋਟ ਇਲਾਕੇ ਦੀ ਹੈ। ਸ਼ਾਹਕੋਟ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਬੰਨ ਟੁੱਟਣ ਦੇ ਨਾਲ ਸਤਲੁਜ ਦਾ ਪਾਣੀ ਕਈ ਪਿੰਡਾਂ ਦੇ ਵਿੱਚ ਪਹੁੰਚ ਚੁੱਕਿਆ। ਤਸਵੀਰਾਂ ਦੇਖ ਸਕਦੇ ਹੋ ਕਿੰਨੇ ਤੇਜ਼ ਵਹਾਅ ਦੇ ਨਾਲ ਪਾਣੀ ਆ ਰਿਹਾ। ਕੋਈ ਦਰਿਆ ਨਹੀਂ ਹੈ, ਸੜਕਾਂ ਨੇ, ਪਿੰਡਾਂ ਦੀਆਂ ਸੜਕਾਂ ਨੇ, ਖੇਤ ਨੇ, ਘਰ ਨੇ, ਜਿੱਥੇ ਜੋ ਕਿ ਪਾਣੀ ਦੀ ਮਾਰ ਹੇਠ ਆਏ ਨੇ। ਕਈ ਏਕੜ ਫਸਲ ਜਿਹੜੀ ਹੈ ਖੇਤਾਂ ਦੇ ਤਬਾਹ ਹੋ ਚੁੱਕੀ ਹੈ। ਤੇ ਤਸਵੀਰਾਂ ਦੇਖ ਸਕਦੇ ਹੋ ਕਿੰਨੇ ਤੇਜ਼ ਵਹਾਅ ਦੇ ਨਾਲ ਪਾਣੀ ਆ ਰਿਹਾ। ਜਿਵੇਂ ਕਿ ਦਰਿਆ ਦੇ ਵਿੱਚੋਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਨਜ਼ਰ ਆਉਂਦੀਆਂ ਨੇ, ਉਵੇਂ ਹੀ ਪਿੰਡਾਂ ਦੇ ਵਿੱਚ ਲਹਿਰ ਉੱਠਦੀ ਹੋਈ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁਲ ਦੇ ਆਲੇ ਦੁਆਲੇ ਕਿੰਨੀ ਤੇਜ਼ ਪਾਣੀ ਦਾ ਵਹਾਅ ਨਜ਼ਰ ਆ ਰਿਹਾ। ਤੇ ਹਾਲਾਂਕਿ ਲੋਕ ਜਿਹੜੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੋਟੋਆਂ ਵੀ ਖਿੱਚਦੇ ਹੋਏ ਨਜ਼ਰ ਆ ਰਹੇ ਨੇ, ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ, ਅਜਿਹਾ ਕਰਨ ਤੋਂ ਉਹਨਾਂ ਨੂੰ ਮਨਾ ਕੀਤਾ ਜਾ ਰਿਹਾ ਕਿ ਉਹ ਜ਼ਿਆਦਾ ਪਾਣੀ ਦੇ ਕੋਲ ਨਾ ਜਾਣ, ਆਪਣੀ ਜਾਨ ਦੀ ਪਰਵਾਹ ਕਰਨ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਿਆਦਾ ਪਾਣੀ ਦੇ ਕੋਲ ਨਾ ਜਾਇਆ ਜਾਵੇ ਤਾਂ ਕਿ ਉਹਨਾਂ ਦੀ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ। ਦੱਸੀ ਕਿ 50 ਦੇ ਕਰੀਬ ਪਿੰਡ ਜਿਹੜੇ ਨੇ ਖਾਲੀ ਕਰਵਾ ਦਿੱਤੇ ਗਏ ਨੇ। ਉਹਨਾਂ ਨੂੰ ਅਸਥਾਈ ਤੌਰ ਤੇ ਜਿਹੜੇ ਸ਼ੈਲਟਰ ਹੋਮ ਬਣਾਏ ਹੋਏ ਨੇ ਉੱਥੇ ਰੱਖਿਆ ਹੋਇਆ। ਮੋਟਰਬੋਟ ਦੇ ਰਾਹੀਂ ਜਿਹੜਾ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਉੱਥੇ ਤਸਵੀਰ ਜਿਹੜੀ ਹੈ ਸ਼ਾਹਕੋਟ ਇਲਾਕੇ ਦੀ ਹੈ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਆਪਣਾ ਕਹਿਰ ਵਰਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲੇਟਿਨ।